ਸ਼ਹੀਦ ਆਜ਼ਮ ਭਗਤ ਸਿੰਘ ਹਰਾ ਬਾਰੇ ਉਹ ਲੋਕ ਜਿਆਦਾ ਬਿਹਤਰ ਜਾਣਦੇ ਐ ਜਿਨ੍ਹਾਂ ਨੇ ਉਹਨਾਂ ਬਾਰੇ ਪੜ੍ਹਿਆ ਹੋਵੇ ਜਾਂ ਜਿਨ੍ਹਾਂ ਨੇ ਉਹਨਾਂ ਨੂੰ ਜ਼ਿਆਦਾ ਲਾਗਿਓ ਦੇਖਿਆ ਹੋਵੇ ਉਹਨਾਂ ਬਾਰੇ ਉਹਨਾਂ ਨੇ ਹਰ ਇੱਕ ਚੀਜ਼ ਪਤਾ ਕੀਤੀ ਹੋਵੇ ਇਹ ਉਹਦਾ ਦਾ ਜੀਵਨ ਉਹ ਬਤੀਤ ਕਰ ਰਹੇ ਹੁਣ ਅਸੀਂ ਤੁਸੀਂ ਭਗਤ ਸਿੰਘ ਹਰਾ ਦੀ ਸੋਚ ਦੇ ਲਾਗੇ ਵੀ ਨਹੀਂ ਜਾ ਸਕਦੇ ਉਹਨਾਂ ਬਾਰੇ ਸੋਚ ਵੀ ਨਹੀਂ ਸਕਦੇ ਪੜ੍ਹ ਵੀ ਨਹੀਂ ਸਕਦੇ ਕਿਉਂਕਿ ਸਾਡੇ ਕੋਲ ਸੋਰਸਸ ਵੀ ਉਹਨੇ ਕਿਹਨੀਆਂ ਨਹੀਂ ਗੀਆਂ ਜਾਂ ਵੱਧ ਤੋਂ ਵੱਧ ਸਾਡੇ ਕੋਲ ਯੂਨੀਵਰਸਿਟੀ ਆਪਣੀ ਹੈਗੀ ਜਿਹੜੀ ਅਸੀਂ WhatsApp ਯੂਨੀਵਰਸਿਟੀ ਹੈ ਉਹ ਤੋਂ ਜਿੰਨੀ ਜਾਣਕਾਰੀ ਮਿਲੀ ਉਹ ਹੀ ਹੈ ਪਰ ਜਿਨ੍ਹਾਂ ਨੇ ਭਗਤ ਸਿੰਘ ਬਾਰੇ ਜਿਆਦਾ ਪੜ੍ਹਿਆ ਹੈ ਜੋ ਉਹਨਾਂ ਦੀ ਜੀਵਨ ਜਾਂਚ ਆਸੀ ਉਹ ਤੋਂ ਪਤਾ ਲਾ ਸਕਦੇ ਵੀ ਭਗਤ ਸਿੰਘ ਹੁਰੀ ਕਿੱਦਾਂ ਦੇ ਹੋਣਗੇ ਜੋ ਇਹ ਦਾਵਾ ਕਰਦੇ ਆ ਪਰ ਉਹਨਾਂ ਦੀ ਜੀਵਨ ਸ਼ੈਲੀ ਦੇਖ ਕੇ ਇਹ ਗੱਲ ਪੁਖਤਾ ਹੋ ਗਈ ਹੈ ਕਿ ਭਗਤ ਸਿੰਘ ਹੁਰੀ ਵੀ ਸ਼ਿਵਲਿੰਗ ਦੇ ਉੱਪਰ ਦੁੱਧ ਚੜਾਉਂਦੇ ਹੁੰਦੇ ਸੀ ਹਾਂ ਬਿਲਕੁਲ ਦੇਖੋ ਨਾ ਹੁਣ ਜਿਵੇਂ ਤੁਸੀਂ ਕਿਹਾ ਵੀ ਆਪਾਂ ਤਾਂ ਗਿਆਨੀ ਆਪਾਂ ਤਾਂ ਪੜਿਆ-ਪੜਿਆ ਨਹੀਂ ਗਾ ਜੀ ਕਿਉਂਕਿ ਆਪਣੀ ਪੜਾਈ ਦੇ ਵਿੱਚ ਹੀ ਆਪਾਂ ਰੁੱਝੇ ਰਹੇ ਹਾਂ ਹੂੰ ਫੀਕ ਪਹਿਲਾਂ ਸਕੂਲ ਚ ਤੇ ਕਾਲਜ ਔਰ ਭਗਤ ਸਿੰਘ ਬਾਰੇ ਜਿੰਨਾ ਕੁ ਮਾੜਾ ਮੋਟਾ ਪੜਾਇਆ ਜਾਂਦਾ ਸੀਗਾ ਕਿ ਉਹਨਾਂ ਨੂੰ ਪੰਜੀ ਦਿੱਤੀ ਕਿ ਇੰਨਾ ਕੀ ਪਤਾ ਹੈ ਜਾਂ ਆਪਾਂ ਮਤਲਬ ਉਹਨਾਂ ਦੀ ਜਿਹੜੀ ਵਾਰ ਵਗੈਰਾ ਲੋਕਾਂ ਨੇ ਉਹ ਸੁਣੀਆਂ ਆਪਾਂ ਤੇ ਉਹ ਹੀ ਆਪਾਂ ਜਾਣਦੇ ਹਾਂ ਉਸ ਤੋਂ ਬਾਅਦ ਆਪਾਂ ਕੁਝ ਨਹੀਂ ਜਾਣਦੇ ਯਾਨੀ ਪੂਰੀ ਤਰ੍ਹਾਂ ਅਗਿਆਨੀ ਹੈ ਪਰ ਦੇਖੋ ਕਿੰਨੀ ਮਤਲਬ ਇਹ ਮਹਾਨ ਤੇ ਹੈਰਾਨੀਜਨਕ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਭਗਤ ਸਿੰਘ ਦੀ ਜੀਵਨ ਦਾ ਜੋ ਅਧਿਐਨ ਕੀਤਾ ਔਰ ਜਿਵੇਂ ਉਹਨਾਂ ਦੀ ਵਿਚਾਰਧਾਰਾ ਤੇ ਉਹਨਾਂ ਨੇ ਪਹਿਰਾ ਦੇਣ ਦਾ ਹਲਫ ਲਿਆ ਸੀਗਾ ਖਟਕੜ ਕਲਾਂ ਦੇ ਵਿੱਚ ਕਿ ਮੈਂ ਜਦੋਂ ਪੰਜਾਬ ਦਾ ਮੁੱਖ ਮੰਤਰੀ ਬਣ ਜਾਊਂਗਾ ਤੇ ਸਾਡਾ ਪਹਿਲਾ ਕੰਮ ਹੋਏਗਾ ਭਗਤ ਸਿੰਘ ਦੀ ਵਿਚਾਰਧਾਰਾ ਤੇ ਪਹਿਰਾ ਦੇਣਾ ਔਰ ਤੁਸੀਂ ਦੇਖੋ ਵੀ ਆ ਪਿੱਛੇ ਜੇ ਇੱਕ ਵੀਡੀਓ ਆਈ ਆ ਜਿਹਦੇ ਵਿੱਚ ਉਹ ਸ਼ਿਵਲਿੰਗ ਦੇ ਉੱਪਰ ਉਹਨਾਂ ਦੀ ਪਤਨੀ ਵੀ ਹੈ ਤੇ ਉਹ ਸ਼ਿਵਲਿੰਗ ਦੀ ਪੂਜਾ ਕਰ ਰਹੀ ਹੈ ਔਰ ਉਹਦੇ ਉੱਪਰ ਦੁੱਧ ਜਾਂ ਕੱਚੀ ਲੱਸੀ ਜੋ ਵੀ ਪਾਉਂਦੇ ਨੇ ਲੋਕ ਉਹ ਪਾ ਰਹੇ ਨੇ ਹੁਣ ਇੱਥੋਂ ਪੁਖਤਾ ਹੋ ਗਈ ਹੈ ਗੱਲ ਕਿ ਭਗਤ ਸਿੰਘ ਵੀ ਆਪਣੇ ਜੀਵਨ ਕਾਲ ਦੇ ਵਿੱਚ ਸ਼ਿਵਲਿੰਗ ਦੇ ਉੱਪਰ ਦੁੱਧ ਵਗੈਰਾ ਜਾਂ ਲੱਸੀ ਵਗੈਰਾ ਪਾਉਂਦੇ ਰਹੇ ਨੇ ਕੱਚੀ ਲੱਸੀ ਹੈ ਨਾ ਚੜਾਉਂਦੇ ਹੋਣਗੇ ਚੜਾਉਂਦੇ ਹੋਣਗੇ ਔਰ ਇੱਥੋਂ ਇਹ ਗੱਲ ਵੀ ਪੁਖਤਾ ਹੋ ਗਈ ਹੈ ਕਿ ਦੇਖੋ ਨਾ ਤੁਸੀਂ ਡਾਕਟਰ ਹੋ ਨਾ ਮੈਂ ਡਾਕਟਰ ਨਾ ਤੁਸੀਂ ਕਦੇ ਐਮਬੀਬੀਐਸ ਕੀਤੀ ਨਾ ਮੈਂ ਕੀਤੀ ਠੀਕ ਹੈ ਕਿਉਂਕਿ ਆਪਾਂ ਤਾਂ ਜਾਣਦੇ ਹੀ ਆ ਨਾ ਡਾਕਟਰਾਂ ਬਾਰੇ ਜਾਂ ਆਪਾਂ ਉਦੋਂ ਜਾਂਦੇ ਆ ਡਾਕਟਰਾਂ ਕੋਲ ਜਦੋਂ ਇਲਾਜ ਕਰਾਉਣਾ ਹੁੰਦਾ ਹੁਣ ਇਹ ਗੱਲ ਵੀ ਪੁਖਤਾ ਹੋ ਗਈ ਹੈ ਕਿ ਐਮਬੀਬੀਐਸ ਦੀ ਪੜ੍ਹਾਈ ਦੇ ਵਿੱਚ ਵੀ ਜਿਹੜੇ ਲੜਕੇ ਲੜਕੀਆਂ ਹੁੰਦੇ ਆ ਉਹਨਾਂ ਨੂੰ ਵੀ ਇਹ ਦੱਸਿਆ ਜਾਂਦਾ ਕਿ ਤੁਹਾਡੀ ਜਿਹੜੀ ਪੜ੍ਹਾਈ ਹੈ ਇਹ ਅਧੂਰੀ ਰਹੇਗੀ ਤੁਹਾਡਾ ਤਜਰਬਾ ਜਿਹੜਾ ਅਦੂਰਾ ਰਹੇਗਾ ਜਦ ਤੱਕ ਤੁਸੀਂ ਸ਼ਿਵਲਿੰਗ ਦੇ ਉੱਪਰ ਦੁੱਧ ਨਹੀਂ ਪਾਉਂਦੇ ਤੋਂ ਤੁਹਾਨੂੰ ਪਤਾ ਵੀ ਮੁੱਖ ਮੰਤਰੀ ਨੇ ਜਿਹੜੀ ਉਹਨਾਂ ਦੀ ਸੁਪਤਨੀ ਜਿਹੜੀ ਉਹ ਡਾਕਟਰ ਐ ਐਮਬੀਬੀਐਸ ਹੈ ਔਰ ਉਹ ਵੀ ਨਾਲ ਮਤਲਬ ਦੁੱਧ ਪਾ ਰਹੀ ਹੈ ਇਹਦੇ ਨਾਲ ਦੋ ਗੱਲਾਂ ਪੱਕੀਆਂ ਹੋ ਗਈਆਂ ਨੇ ਕਿ ਵਾਕਿਆ ਹੀ ਭਗਤ ਸਿੰਘ ਦੀ ਵਿਚਾਰਧਾਰਾ ਤੇ ਬਹੁਤ ਨਿਠਕੇ ਪੈਰਾ ਦੇ ਰਹੇ ਨੇ ਜਿਹੜੇ ਮੁੱਖ ਮੰਤਰੀ ਨੇ ਔਰ ਦੇਖੋ ਜ਼ੁਬਾਨ ਦੇ ਕਿੰਨੇ ਪੱਕੇ ਆ ਕਿ ਜੋ ਉਹਨਾਂ ਨੇ ਖਟਕੜਕਲਾ ਕਿਹਾ ਸੀਗਾ ਚੋਣਾਂ ਤੋਂ ਪਹਿਲਾਂ ਕਿਹਾ ਸੀ ਜਾਂ ਖੜਕੜ ਕਲਾਂਗੇ ਸੀ ਉਹ ਉਹਨਾਂ ਨੇ ਇਨ ਬਿਨ ਪੂਰਾ ਕੀਤਾ ਤੁਹਾਨੂੰ ਯਾਦ ਹੋਵੇਗਾ ਉਹਨਾਂ ਦੀ ਇੱਕ ਸਪੀਚ ਹੈ ਜਦੋਂ ਉਹ ਜਿਹੜੇ ਆਪਣੇ ਮਨਪ੍ਰੀਤ ਬਾਦਲ ਜੀ ਸੀ ਉਹਨਾਂ ਦੀ ਪਾਰਟੀ ਸੀਗੇ ਉਹ ਕਹਿੰਦੇ ਉਹ ਵਕਤ ਲੰਘ ਗਿਆ ਹੁਣ ਹਮ ਹਮ ਜਦੋਂ ਬਾਹਰ ਜਿਹੜੇ ਲੋਕ ਨੇ ਵਜ਼ੀਰ ਨੇ ਜਾਂ ਉਹ ਕਾਰਾਂ ਚ ਮਤਲਬ ਆਪਣੀਆਂ ਕਾਰਾਂ ਚ ਹੁੰਦੇ ਉਹਨਾਂ ਦੇ ਪਿੱਛੇ ਕੋਈ ਅਮਲਾ ਨਹੀਂ ਹੁੰਦਾ ਕਹਿੰਦੇ ਇੱਥੇ ਕੀ ਹੋ ਨਹੀਂ ਸਕਦਾ ਆ ਹੁਣ ਤੁਸੀਂ ਦੇਖ ਲਓ ਵੀ ਭਗਵੰਤ ਮਾਨ ਦੇ ਮਗਰ ਕੋਈ ਬੰਦਾ ਨਹੀਂ ਹੁੰਦਾ ਤਦ ਦੇਖਿਆ ਇੱਕ ਵੀ ਬੰਦਾ ਕੋਈ ਡੰਡੇ ਵਾਲਾ ਵੀ ਨਹੀਂ ਹੁੰਦਾ ਔਰ ਉਹ ਜਿੱਥੇ ਮਰਜ਼ੀ ਆਪਣੇ ਉੱਤਰ ਕੇ ਚਾਹ ਪੀ ਲੈਂਦੇ ਨੇ ਢਾਬੇ ਤੇ ਹਨਾ ਤਾਂ ਮਤਲਬ ਉਹ ਸਾਰਾ ਕੁਝ ਉਹਨਾਂ ਨੇ ਕੀਤਾ ਔਰ ਦੂਸਰੀ ਗੱਲ ਦੇਖੋ ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਮੈਂ ਜਦੋਂ ਬਣ ਜਾਊਂਗਾ ਨਾ ਮੁੱਖ ਮੰਤਰੀ ਪਹਿਲਾ ਕੰਮ ਅਸੀਂ ਇਹ ਕਰਾਂਗੇ ਵੀ ਅਸੀਂ ਕਿਸੇ ਨੂੰ ਵੀ ਮਤਲਬ ਮੁਲਾਜ਼ਮ ਜਿੱਥੇ ਬੰਦੀ ਨੂੰ ਧਰਨਾ ਦੇਣ ਜਾਂ ਹੜਤਾਲਾ ਕਰਨ ਦੀ ਨੌਬਤ ਹੀ ਨਹੀਂ ਆਉਣ ਦੇਣਾ ਬਿਲਕੁਲ ਔਰ ਤੁਸੀਂ ਕੋਈ ਪੰਜਾਬ 'ਚ ਜਿੱਦਾਂ ਦੇ ਮੁੱਖ ਮੰਤਰੀ ਬਣੇ ਕੋਈ ਹੜਤਾਲ ਹੋਈ ਹੈ ਕੁਬਾਂ ਦਾ ਟੈਂਕੀਆਂ ਤੇ ਚੜਿਆ ਨਾ ਆ ਕੁੜੀਆਂ ਦੋ ਤਿੰਨ ਕੁਟ ਚੜੀਆਂ ਬੈਠੀਆਂ ਨੇ ਉਹ ਤਾਂ ਵੈਸੇ ਚੜਗੀਆਂ ਨੇ ਉਹ ਤਾਂ ਵੈਸੇ ਚੜਗੀਆਂ ਸ਼ੌਕ ਵਜੇ ਤਾਂ ਗੱਲ ਇਹ ਹੁੰਦੀ ਹੈ ਵੀ ਟੈਂਕੀਆਂ ਤੇ ਚੜਨ ਦਾ ਪੰਜਾਬੀਆਂ ਨੂੰ ਸ਼ੌਕ ਬਹੁਤ ਹੈ ਹਾਂ 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 ਔਰ ਜਿੰਨੇ ਮਤਲਬ ਲੋਕਾਂ ਨੇ ਇਹ ਸ਼ੌਕ ਇੱਥੇ ਪੋਗਾਇਆ ਹੈ ਇਸ ਰਾਜਕਾਲ ਦੇ ਵਿੱਚ ਇਹਨਾਂ ਦੇ ਦੋ ਸਾਲਾਂ ਦੇ ਵਿੱਚ ਮਤਲਬ ਦੋ ਚਾਰ ਜਾਨ ਟੈਂਕੀਆਂ ਤੋਂ ਉਤਰਦੇ ਆ ਪੰਜ ਛੇ ਜਾਨੇ ਚੜ ਜਾਂਦੇ ਆ ਤਾਂ ਇਹ ਵੀ ਦੇਖੋ ਕਿੱਡਾ ਵੱਡਾ ਮਾਰਕ ਆ ਆਵਾਜ਼ ਹੀ ਲੱਗੀ ਰਹਿੰਦੀ ਹੈ ਆਵਾਜ਼ ਹੀ ਲੱਗੀ ਰਹਿੰਦੀ ਹੈ ਔਰ ਫਿਰ ਦੇਖੋ ਮਾਨ ਸਾਹਿਬ ਨੇ ਇੱਕ ਹੋਰ ਬੜੀ ਵੱਡੀ ਗੱਲ ਕਹੀ ਸੀ ਔਰ ਉਹਦੇ ਦੇ ਵੀ ਖਰੀ ਉਤਰੇ ਨੇ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਸੀ ਵੀ ਜਿੱਥੇ ਮਰਜ਼ੀ ਦੇਖੋ ਪ੍ਰਕਾਸ਼ ਸਿੰਘ ਬਾਦਲ ਆਪਣੀਆਂ ਫੋਟੋਆਂ ਚ ਘਵਾ ਲੈਂਦੇ ਹਾਂ ਉਹ ਫੋਟੋਆਂ ਤੁਸੀਂ ਕਹਿੰਦੇ ਜਿਹੜੀਆਂ ਸਾਈਕਲ ਦੇਤੇ ਵਿਦਿਆਰਥੀਆਂ ਨੂੰ ਉਹਨਾਂ ਦੇ ਫੋਟੋਆਂ ਲੱਗੀਆਂ ਹੋਈਆਂ ਨੇ ਜਿਹੜੀਆਂ 100 ਉਹ 88 ਵਾਲੀਆਂ ਐਂਬੂਲੈਂਸਾਂ ਦੀ ਉਹਦੇ ਦੇ ਫੋਟੋਆਂ ਲੱਗੀਆਂ ਹੋਈਆਂ ਮੁੱਖ ਮੰਤਰੀ ਦੀ ਕਦੇ ਫੋਟੋ ਦੇਖੀ ਤੁਸੀਂ ਕਿਤੇ ਨਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਕਦੇ ਦੇਖੀ ਹੈ ਕਿਸੇ ਹੋਲਡਿੰਗ ਤੇ ਨਹੀਂ ਲਿਖੀ ਕੋਈ ਬਿਲਕੁਲ ਹੀ ਨਹੀਂਗੀ ਉਹ ਮਤਲਬ ਤੁਸੀਂ ਦੇਖੋ ਵੀ ਇਹ ਕਿੱਡੀ ਮਹਾਨ ਪ੍ਰਾਪਤੀ ਹੈ ਇਹਨਾਂ ਦੀ ਕਿ ਆਪਣੇ ਆਪ ਨੂੰ ਨਹੀਂ ਗੁਣਾਇਆ ਇਹਨਾਂ ਨੇ ਕਦੇ ਨਹੀਂ ਕਹਿੰਦੇ ਵੀ ਮੈਂ ਕਰਦਾ ਇਹ ਔਰ ਇੱਕ ਹੋਰ ਵੀ ਹੈ ਹੁਣ ਗੱਲ ਤਾਂ ਠੀਕ ਹੈ ਜਿਹੜੇ ਵਿਰੋਧੀ ਧਿਰ ਵਾਲੇ ਨੇ ਉਹ ਐਵੇਂ ਨਿੰਦੇ ਰਹਿੰਦੇ ਨੇ ਕਿ ਦੇਖੋ ਤੁਸੀਂ ਮਤਲਬ ਕਿਉਂਕਿ ਮੁੱਖ ਮੰਤਰੀ ਨੇ ਪਹਿਲਾਂ ਕਿਹਾ ਸੀਗਾ ਕਿ ਭਾਈ ਬਾਦਲ ਤਾਂ ਜਹਾਜ਼ ਤੋਂ ਨਹੀਂ ਉਤਰਦਾ ਜਾਂ ਜਿਹੜੇ ਚੰਨਾ ਜੀ ਸਾਹਿਬ ਨੇ ਉਹ ਜਹਾਜ਼ ਤੋਂ ਨਹੀਂ ਉਤਰਦੇ ਫਲਾਣਾ ਜਹਾਜ਼ ਤੋਂ ਨਹੀਂ ਉਤਰਦਾ ਦੇਖਿਆ ਹਮੇਸ਼ਾ ਸਾਈਕਲ ਤੇ ਜਾਂਦੇ ਮੁੱਖ ਮੰਤਰੀ ਕਦੇ ਦੇਖਿਆ ਤੁਸੀਂ ਆਸਤੇ ਚੜਦੇ ਪੈਦਲ ਦੰਦੇ ਦੇਖਿਆ ਜਾਂ ਪੈਦਲ ਜਾਂਦੇ ਆ ਔਰ ਦੇਖੋ ਦੋਨੇ ਕਿੰਨੇ ਮਤਲਬ ਇਹ ਇਹਨਾਂ ਦੇ ਗੁਰੂ ਅਰਵਿੰਦ ਕੇਜਰੀਵਾਲ ਜੀ ਉਹਨਾਂ ਨੇ ਵੀ ਜ਼ਿੰਦਗੀ ਚ ਜੋ ਗੱਲ ਕਹੀ ਉਹਨਾਂ ਨੇ ਪੁਗਾਈ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਰਾਜਨੀਤੀ 'ਚ ਨਹੀਂ ਆਣਾ ਬਿਲਕੁਲ ਜੀ ਆਏ ਉਹ ਨਾ ਨਹੀਂ ਆਏ ਨਾ ਨਹੀਂ ਆਏ ਉਹ ਕਹਿੰਦੇ ਸੀ ਮੈਂ ਰਾਜਨੀਤੀੋਂ ਦੂਰ ਰਹਿਣਾ ਔਰ ਫਿਰ ਇੱਕ ਹੋਰ ਵੀ ਕਹੇ ਸੀ ਕਹਿੰਦੇ ਵੀ ਜਦੋਂ ਕਿਤੇ ਵੀ ਕੋਈ ਐਸੀ ਸਰਕਾਰ ਬਣੀ ਜਿਹੜੀ ਸਾਡੀ ਚਾਹਤ ਮੁਤਾਬਕ ਹੋਈ ਉਹਦਾ ਮੰਤਰੀ ਹੋਵੇ ਭਾਵੇਂ ਮੁੱਖ ਮੰਤਰੀ ਹੋਵੇ ਉਹਨੂੰ ਸੁਰੱਖਿਆ ਦੀ ਲੋੜ ਨਹੀਂ ਕੋਈ ਸੁਰੱਖਿਆ ਦੀ ਜ਼ਰੂਰਤ ਲੋਕਾਂ ਨੂੰ ਹੈ ਬਿਲਕੁਲ ਔਰ ਉਹਨੂੰ ਕੋਈ ਗੱਡੀ-ਗੁੱਡੀ ਦੀ ਬੰਗਲੇ ਦੀ ਲੋੜ ਨਹੀਂ ਹੂੰ ਹੂੰ ਕਿਸੇ ਕੋਲੇ ਹੈ ਬੰਗਲਾ ਨਾ ਕਿਸੇ ਕੋਲੇ ਨਹੀਂ ਔਰ ਫਿਰ ਉਹਨਾਂ ਨੇ ਕਿਹਾ ਸੀ ਭ੍ਰਿਸ਼ਟਾਚਾਰ ਅਸੀਂ ਖਤਮ ਕਰਨਾ ਹੈ ਹੂੰ ਹੂੰ ਦੇਖੋ ਭ੍ਰਿਸ਼ਟਾਚਾਰ ਨੂੰ ਨੇ ਕਿਵੇਂ ਖਤਮ ਕੀਤਾ ਵੀ ਆਪਣਾ ਜਿਹੜਾ ਉਪ ਮੁੱਖ ਮੰਤਰੀ ਚੱਕ ਕੇ ਅੰਦਰ ਕਰਤਾ ਉਹਨਾਂ ਨੇ ਦੇਖੋ ਇਹੀ ਗੱਲ ਫਿਰ ਠੀਕ ਹੈ ਔਰ ਰਾਜ ਸਭਾ ਮੈਂਬਰ ਜਿਹੜਾ ਸੰਜੀਤ ਸਿੰਘ ਹੈ ਉਹਨੂੰ ਅੰਦਰ ਮਾਰਿਆ ਠੀਕ ਹੈ ਔਰ ਹੁਣ ਉਹ ਕਹਿੰਦੇ ਵੀ ਮੈਂ ਖੁਦ ਕੁਰਬਾਨੀ ਦਵਾਂਗਾ ਹੂੰ 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 ਵੀ ਇਹ ਜੀ ਮੇਰੇ ਮਗਰ ਪਈ ਹੋਈ ਆ ਵੱਤ ਵੱਤ ਉਹ ਤਾਂ ਜਗ ਜ਼ਾਹਿਰ ਹੈ ਤੇ ਮੈਂ ਮਤਲਬ ਉਹ ਕਹਿੰਦੇ ਵੀ ਡਰਦਾ ਡੁਰਦਾ ਨਹੀਂ ਹੈ ਠੀਕ ਹੈ ਏਡੀ ਤੋਂ ਮੈਂ ਭੱਜਦਾ ਵਕਰੀ ਗੱਲ ਹੈ ਪਰ ਕੁਝ ਜੀ ਮਜਬੂਰੀ ਵੀ ਹੁੰਦੀ ਹੈ ਸੋ ਇਹ ਸਾਰੀਆਂ ਗੱਲਾਂ ਨੇ ਜਿਹੜੇ ਗੁਰੂ ਚੇਲੇ ਦੀਆਂ ਵੀ ਇਹਨਾਂ ਨੇ ਹਿੰ ਬਿੰਨ ਜੋ ਕਿਹਾ ਸੀ ਉਹ ਪੂਰਾ ਕੀਤਾ ਨਹੀਂ ਪਰ ਇਹਨਾਂ ਨੇ ਭਗਵੰਤ ਮਾਨ ਉਹਨਾਂ ਨੇ ਕੋਈ ਤਾਂ ਕਿਤਾਬ ਪੜ੍ਹੀ ਹੋਈ ਹੈ ਦਾਦੀ ਜਿਹੜੀ ਸਾਨੂੰ ਨਹੀਂ ਮਿਲੀ ਜਾਂ ਤੁਹਾਡੀ ਪਹੁੰਚ ਤੋਂ ਬਾਹਰ ਹੈ ਜਾਂ ਮੇਰੀ ਪਹੁੰਚ ਤੋਂ ਬਾਹਰ ਹੈ ਜਾਂ ਲੋਕਾਂ ਦੀ ਪਹੁੰਚ ਤੋਂ ਬਾਹਰ ਹੈ ਤੇ ਜਿੱਥੋਂ ਇਹ ਸਾਰਾ ਕੁਝ ਇਹਨਾਂ ਨੇ ਜਿਹੜੀ ਜਿੱਥੋਂ ਮੈਂ متاثر ਹੋ ਗਏ ਮੈਂ ਉਹੀ ਗੱਲ ਕਰਦਾ ਵੀ ਜਿਹੜਾ ਬੰਦਾ ਇੰਨਾ ਭਗਤ ਸਿੰਘ ਨੂੰ ਸਮਰਪਿਤ ਹੈ ਉਹਦੇ ਕੋਲੇ ਜ਼ਰ ਕੁਫੀਆ ਜਾਣਕਾਰੀ ਹੈ ਭਗਤ ਸਿੰਘ ਬਾਰੇ ਹਮਮ ਔਰ ਤੁਸੀਂ ਦੇਖਣਾ ਵੀ ਜਿੱਦਣ ਕਿਸੇ ਨੇ ਇਹਨਾਂ ਨੂੰ ਚੈਲੰਜ ਕੀਤਾ ਵੀ ਤੁਸੀਂ ਮਤਲਬ ਸ਼ਿਵਲਿੰਗ ਦੇ ਉੱਪਰ ਜਿਹੜੀ ਲੱਸੀ ਪਾ ਰਹੇ ਹੋ ਔਰ ਉਹ ਪਾ ਕੇ ਦੁੱਧ ਪਾ ਕੇ ਜੋ ਹੈ ਨਾ ਤੇ ਭਗਤ ਸਿੰਘ ਦੀ ਵਿਚਾਰਧਾਰਾ ਤੇ ਤੁਸੀਂ ਨਿਟਕੇ ਪਹਿਰਾ ਦੇ ਰਹੇ ਹੋ ਤੇ ਇਹੀ ਕਾਰਨ ਹੈ ਕਿ ਮਤਲਬ ਭਗਤ ਸਿੰਘ ਵੀ ਐਵੇਂ ਕਰਦੇ ਸੀ ਤੇ ਉਹਨਾਂ ਨੇ ਕੱਢ ਕੇ ਮਤਲਬ ਦਸਤਾਵੇਜ਼ੀ ਸਬੂਤ ਦੇ ਦੇਣਾ ਕਿਉਂਕਿ ਸਬੂਤ ਤਾਂ ਉਹਨਾਂ ਕੋਲੇ ਬਹੁਤ ਨੇ ਬੜੇ ਜਿਹੜੇ ਕਾਂਗਰਸੀ ਆ ਉਹਨਾਂ ਦਾ ਹਰ ਸਬੂਤ ਉਹਨਾਂ ਕੋਲੇ ਆ ਵੀ ਉਹਨਾਂ ਨੇ ਕੀ ਕੀ ਕੀਤਾ ਕਹਿੰਦੇ ਕੱਲੇ ਕੱਲੇ ਦੀ ਫਾਈਲ ਆ ਮੇਰੇ ਕੋਲੇ ਮੈਨੂੰ ਲੱਗਦਾ ਭਗਤ ਸਿੰਘ ਦੀ ਵੀ ਕੋਈ ਫਾਈਲ ਉਹਨਾਂ ਕੋਲੇ ਹੈਗੀ ਆ ਹੁਣੇ ਜ਼ਰੂਰੀ ਹੋਣੀ ਹੈ ਕਿਉਂਕਿ ਇੰਨੀ ਜ਼ਿਆਦਾ ਜਾਣਕਾਰੀ ਔਰ ਡੀਪਲੀ ਜਾਣਕਾਰੀ ਹੋਣਾ ਬਹੁਤ ਵੱਡੀ ਗੱਲ ਹੈ ਪਰ ਕਿਉਂਕਿ ਭਗਤ ਸਿੰਘ ਤਾਂ ਆਪਣੇ ਆਪ ਨੂੰ ਨਾਸਤ ਕਹਿੰਦੇ ਰਹੇ ਨੇ ਪਰ ਤੁਹਾਨੂੰ ਪਤਾ ਨਾ ਵੀ ਲੋਕ ਬਹੁਤ ਵਾਰੀ ਬਹੁਤ ਗੱਲਾਂ ਆਪਣੀਆਂ ਛੁਪਾ ਜਾਂਦੇ ਹੁੰਦੇ ਹੁੰਦੇ ਭਾਵੇਂ ਉਹ ਜਿੱਡੇ ਮਰਜ਼ੀ ਮਹਾਨ ਹੋ ਔਰ ਉਹ ਛੁਪਾਈ ਹੋਈ ਗੱਲ ਮੈਨੂੰ ਲੱਗਦਾ ਇਹਨਾਂ ਕੋਲੇ ਉਹਦਾ ਕੋਈ ਨਾ ਕੋਈ ਪੁਖਤਾ ਸਬੂਤ ਹੈ ਨਾਲੇ ਤੁਹਾਨੂੰ ਪਤਾ ਹੈ ਪੁਰਾਣੇ ਟਾਈਮ ਦੇ ਉੱਤੋਂ ਬੜੀਆਂ ਸਰਕਾਰੀ ਚੀਜ਼ਾਂ ਕੱਢਦੇ ਰਹੇ ਆ ਬਾਹਰ ਜਿਹੜੀਆਂ ਖੋਫੀਆ ਹੁੰਦੀਆਂ ਸੀ ਜਦੋਂ ਇਹ ਆਪਣੀਆਂ ਕੈਸੇਟਸ ਕੱਢਦੇ ਸੀ ਉਦੋਂ ਵੀ ਬੜੀਆਂ ਗੁੱਝੀਆਂ ਗੱਲਾਂ ਸੀ ਲੋਕਾਂ ਨੂੰ ਕਹਿ ਦਿੰਦੇ ਹੁੰਦੇ ਸੀ ਅੰਦਰੋਂ ਕੱਢ ਕੇ ਲੈਂਦੇ ਸੀ ਕਿ ਸਰਕਾਰੀ ਅਦਾਰਿਆਂ 'ਚ ਐ ਹੁੰਦਾ ਜਾਂ ਸਰਕਾਰ ਐਂ ਕਰਦੀ ਜਾਂ ਜੋ ਕਰਦੀਆਂ ਔਰ ਇਹ ਵਾਕਈ ਕੋਈ ਅਸਲੀ ਕਿਤਾਬ ਤੇ ਇਹਨਾਂ ਕੋਲ ਹੈ ਯਾਕਾਲੋ ਕੋਈ ਬੀਜ ਮੰਤਰ ਹੈਗਾ ਜਿੱਤੋਂ ਇਹਨਾਂ ਨੇ ਉਹ ਲੱਭ ਲਈ ਚੀਜ਼ ਵੀ ਇਹ ਚੀਜ਼ ਤੁਹਾਨੂੰ ਨਹੀਂ ਪਤਾ ਸੀ ਨਹੀਂ ਪਤਾ ਸੀ ਪਰ ਜੀਵਨ ਦਾ ਹਿੱਸਾ ਇਹਨਾਂ ਨੇ ਚਲੋ ਬਣਾ ਲਿਆ ਵਧੀਆ ਗੱਲ ਹੈ ਆਪਾਂ ਇਹ ਨਹੀਂ ਕਹਿੰਦੇ ਇਹਨਾਂ ਦੀ ਧਰਮ ਪਤਨੀ ਦਾ ਆਪਣਾ ਹੋ ਸਕਦਾ ਸਿਸਟਮ ਉਹਨਾਂ ਨੇ ਆਪਣਾ ਕਰਨਾ ਹੋਵੇ ਉਹ ਜੋ ਮਰਜ਼ੀ ਕਰੀ ਨੇ ਉਹ ਡਾਕਟਰ ਹੈ ਡਾਕਟਰ ਕਿਤੇ ਜੋ ਆਪਣਾ ਉਹਨਾਂ ਦੀ ਮਰਜ਼ੀ ਹੈ ਦੇਖੋ ਗੱਲ ਇਹ ਹੈ ਪਤੀ ਤੇ ਪਤਨੀ ਦੇ ਦਰਮਿਆਨ ਅਜਿਹੇ ਕੋਈ ਤਫਰਕਾਤ ਨਹੀਂ ਹੁੰਦੇ ਹਮ ਹਮ ਜੇ ਪਤੀ ਕਿਸੇ ਚੀਜ਼ ਨੂੰ ਮੰਨਦਾ ਹੈ ਜਾਂ ਪਤਨੀ ਕਿਸੇ ਚੀਜ਼ ਨੂੰ ਮੰਨਦੀ ਹੈ ਪਤੀ ਨੂੰ ਮੰਨਣੀ ਪੈਂਦੀ ਹੈ ਇਹ ਥੋੜੀ ਆ ਵੀ ਮੈਂ ਪਤਨੀ ਕਹਿੰਦੀ ਮੈਂ ਗੁਰਦੁਆਰੇ ਜਾਣਾ ਤੇ ਮੈਂਕਮਾ ਮੈਂ ਨਹੀਂ ਜਾਂਦਾ ਇਹ ਤਾਂ ਕਦੇ ਹੋ ਹੀ ਨਹੀਂ ਨਾ ਸਕਦਾ ਕਿਉਂਕਿ ਫਿਰ ਤਾਂ ਘਰ ਦੇ ਵਿੱਚ ਤੁਸੀਂ ਕਹਿ ਲਓ ਦੀਵਾਰ ਖੜੀ ਹੋ ਜਾਏਗੀ ਬਿਲਕੁਲ ਜੀ ਸੋ ਉਹ ਐਮਬੀਬੀਐਸ ਨੇ ਹੂੰ ਹੂੰ ਠੀਕ ਐਮਬੀਬੀਐਸ ਦੀ ਪੜਾਈ ਚ ਵੀ ਇਹ ਗੱਲ ਪੱਕੀ ਹੋ ਗਈ ਹੈ ਬਿਲਕੁਲ ਜੀ ਕਿ ਸ਼ਿਵਲਿੰਗ ਦੀ ਪੂਜਾ ਕਰਨਾ ਸਿਖਾਇਆ ਜਾਂਦਾ ਹੂੰ ਹੂੰ ਔਰ ਦੇਖੋ ਆਧਿਆਤਮ ਤੇ ਵਿਗਿਆਨ ਨਾਲ ਨਾਲ ਚੱਲਦੇ ਨੇ ਹੂੰ ਨਹੀਂ ਬਚੋ ਲੈ ਉਹਨਾਂ ਦਾ ਜਾਤੀ ਦਾ ਮਾਮਲਾ ਹੈ ਨਾ ਇੱਕ ਵਾਰੀ ਉਹ ਤਾਂ ਜਾਤੀ ਮਾਮਲਾ ਅੱਧਰ ਨੂੰ ਪਰ ਜਿੱਦਾਂ ਕਹਿੰਦੇ ਵੀ ਮੈਂ ਤਾਂ ਚੱਲੀ ਆ ਮੰਦਰ ਉਹ ਤਾਂ ਕਹਿ ਸਕਦੇ ਆ ਉਹ ਉਹਨਾਂ ਦਾ ਜ਼ਾਤੀ ਮਾਮਲਾ ਕਿਉਂਕਿ ਉਹ ਤਾਂ ਸਿਰਫ ਇੱਕ ਮੁੱਖ ਮੰਤਰੀ ਦੀ ਪਤਨੀ ਹੈ ਔਰ ਉਹ ਵੀ ਮੁੱਖ ਮੰਤਰੀ ਪਹਿਲਾਂ ਸੀ ਪਤਨੀ ਬਾਅਦ ਚ ਬਣੀ ਹੈ ਉਹਨੂੰ ਪਤਨੀ ਤੇ ਪਤੀ ਦੇ ਵਿੱਚ ਫਰਕ ਤਾਂ ਨੰਨੇ ਦਾ ਹੀ ਹੁੰਦਾ ਉਹ ਨੰਨਾ ਪਤਾ ਨਹੀਂ ਕਿਹਨੇ ਵਿੱਚ ਪਾ ਦੇਣਾ ਹੁਣ ਆ ਕੇ ਅੱਛਾ ਅੱਗੇ ਚੱਲਦੇ ਆ ਇਹ ਉਹਨਾਂ ਦਾ ਜ਼ਾਤੀ ਮਾਮਲਾ ਹੈ ਪਰ ਮਾਨ ਸਾਹਿਬ ਮਤਲਬ ਮੰਨ ਗਏ ਦੇਖੋ ਭਗਤ ਉਹਨਾਂ ਨੇ ਖੁੱਦ ਤਾਂ ਮੰਨੇ ਮੰਨੇ ਸਾਰੇ ਪੰਜਾਬ ਨੂੰ ਮੰਨਵਾਤਾ ਹੂੰ ਹੂੰ ਕਿ ਭਗਤ ਸਿੰਘ ਜਿਹੜੇ ਉਹ ਸ਼ਿਵ ਪੂਜਾ ਕਰਦੇ ਸੀ ਹੂੰ ਮੈਂ ਪਹਿਰਾ ਦੇ ਰਿਆ ਸ਼ਿਵ ਦੇ ਭਗਤਨ ਸੀ ਨਾਲੇ ਪਹਿਰਾ ਦੇ ਰਿਆ ਬੰਦਾ ਜੇਸੀ ਦਾ ਪਹਿਰਾ ਦੇ ਰਿਆ ਹੋਵੇ ਉਹ ਤਾਂ ਹੀ ਉਦਾਰਾ ਪਹਿਰਾ ਦਿੰਦਾ ਜਿਹੜੀ ਚੀਜ਼ ਅੰਦਰ ਹੋਵੇ ਹਾਂ ਉਹੀ ਹੈ ਨਾ ਪਹਿਲਾਂ ਭਗਤ ਸਿੰਘ ਪਹਿਰਾ ਦਿੰਦੇ ਨੇ ਫਿਰ ਉਹਨਾਂ ਦੀ ਵਿਚਾਰਧਾਰਾ ਦੇ ਪਹਿਰਾ ਦਿੰਦੇ ਉਹ ਸ਼ਿਵ ਦੀ ਵਿਚਾਰਧਾਰਾ ਦੇ ਪਹਿਰਾ ਦਿੰਦੇ ਰਹੇ ਇਹ ਉਹਨਾਂ ਦੀ ਵਿਚਾਰਧਾਰਾ ਦੇ ਪਹਿਰਾ ਦੇ ਰਹੇ ਤਾਂ ਉਹ ਗੱਲਾਂ ਨਿਰਬੂਲ ਨੇ ਵੀ ਭਗਤ ਸਿੰਘ ਕਹਿੰਦੇ ਸੀ ਮੈਂ ਨਾਸਤਿਕ ਨਾਸਤਿਕ ਨੁਸਤਕ ਨਹੀਂ ਸੀ ਉਹ ਉਹ ਪ੍ਰਮਾਣ ਇਹਨਾਂ ਨੇ ਦੇਤਾ ਔਰ ਮਤਲਬ ਤੁਸੀਂ ਦੇਖੋ ਕਿ ਵੀ ਉਹ ਜਨਤਕ ਤੌਰ ਤੇ ਪਰਮਾਨਿਤ ਦਿੰਦਾ ਹੈ। ਸੋਸ਼ਲ ਮੀਡੀਆ ਤੇ ਬੜੀ ਪ੍ਰਸ਼ੰਸਾ ਹੋ ਰਹੀ ਹੈ ਇਹਨਾਂ ਦੀ ਕਿ ਆਹ ਦੇਖੋ ਜੀ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜਿਨ੍ਹਾਂ ਨੇ ਜੋ ਬੋਲਿਆ ਸੀਗਾ ਕਿ ਮੈਂ ਭਗਤ ਸਿੰਘ ਦੀ ਵਿਚਾਰਧਾਰਾ ਤੇ ਬਿਲਕੁਲ ਨਿਠ ਕੇ ਪੈਰਾ ਦਊਂਗਾ ਔਰ ਦੇ ਰਹੇ ਨੇ ਆਸ਼ਿਵ ਦੇ ਮਤਲਬ ਜੋ ਉਹਦੀ ਪਾਸਨਾ ਕਰ ਰਹੇ ਨੇ ਔਰ ਦੁੱਧ ਪਾ ਰਹੇ ਨੇ। ਹੋ ਸਕਦਾ ਕਹਨੂੰ ਇਹ ਕਹਿ ਦਿੰਦਾ ਮੈਂ ਤਾਂ ਸਿਰਫ ਇਹ ਕਿਹਾ ਸੀ ਪੈਰਾ ਦਊਂਗਾ ਮੈਂ ਥੋੜੀ ਕਿਹਾ ਸੀ ਵੀ ਉਹੀ ਚੀਜ਼ ਕਰੂੰਗਾ। ਮੈਂ ਤਾਂ ਪੈਰੇਦਾਰ ਆ।